वेलकम बैक टू डूब्रो चैनल, न्यू व्लॉग, न्यू डे। तुहानू पहला दिखा दा मैं कुछ कम। ये साडा कपड़े आ, यानी कि साडा कपड़े आ। ये साडा बूट है। ये दो जोड़ी बूट है, बाकी एक बाकी एक एक जोड़ी पाई है। ओके। लोंग जर्नी आ, पानी जरूरी है। 10 लीटर पानी रख लिया, तो आप वायर रख ली स्टार्ट करने वाली, सानू नहीं तो किसी होर हेल्प पै सकती है। हेल्प ली समान रख लिया, कर लिया, ठीक है। चलिए वही इनफॉर्मेशन बाई ने देती है, ठीक है। समान तुम देख लिया, शूज ज्यादा, मेरा बैग है, सारा अपना कैमरा बैटरी सारा कुछ ये रखा अगे। तो रैसल खेमे जा रहे हैं, कल मॉर्निंग पहुँचेंगे असं, लेकिन साढ़े नाल ही रहो अज का दिन, कल का और परसों का, ठीक है। देखते हैं फिर थोड़ा सारी डिटेल भी देवे कि होटल आ किमें बुक किया, किन्ने का किन्ने चुके। मिलते हैं फिर तुम्हें डायरेक्ट दुबई। जी चल कर दे बंद, बाहर खड़ के थोड़ा डैमो जहाँ देता से, समान भी दिखाता सी, पैकिंग होंगी हुई नहीं दिखा पाए क्योंकि उदो भुल गए थे कि अभी ब्लॉग भी बना। ले लिया सी एनक, तेरे वाली ਲਪਾ ਲਈਆਂ ਸੀ ਵਿੱਚ ਸ਼ਹਿਰੀ ਵਾਲੇ ਪਾ ਲਏ ਮੇਰੇ ਕੋਲੇ, ਸ਼ਹਿਰੀ ਐਨਕਾਂ ਲਿਆਤੀਆਂ ਤੈਨੂੰ, ਤੇ ਇਹਦੇ ਵਿੱਚ ਨਹੀਂ ਦੱਸ ਦੋ ਮੈਂ ਆਵੇਂ ਮਗਰ ਮੈਂ ਰੀਸ ਵਾਲੀ ਕਰਦਾ, ਮੇਰੀ ਬੜੀ ਜ਼ਿਆਦਾ ਰੀਸ, ਉਦੋਂ ਤਾਂ ਰੋਈ ਜਾਂਦਾ। ਐਨਕਾਂ ਲਿਆ ਬਾਈ ਜੀ ਨਾਲ ਦੀਆਂ ਸੇਮ ਐਨਕਾਂ ਚਾਹੀਦੀਆਂ ਕਹਿੰਦਾ, ਸ਼ਹਿਰੀ ਵਾਲਾ ਦੇਖ ਲੈ ਕੀ ਕਹਿੰਦਾ ਬਾਈ, ਬੜੀ ਰੀਸ ਕਰਦਾ ਮੇਰੀ। ਤੇ ਮਿਸ਼ਨ ਸੀਗਾ ਕੈਨਕਾਂ ਸ਼ਹਿਰੀ ਦੀਆਂ, ਉਹ ਅਸੀਂ ਕੰਪਲੀਟ ਕਰ ਲਏ ਕਹਿ ਜਾ ਕੇ, ਤੇ ਹੁਣ ਮੈਂ ਬਿਜ਼ੀ ਹਾਂ ਤੇ ਇਹ ਨਹੀਂ ਲੈ ਕੇ ਆਉਣੀ ਹੈ ਫਿਰ, ਹੈਨਾ। ਤੇ ਅਲੈਨ ਨੂੰ ਬਾਏ ਬਾਏ ਅੱਜ ਤੋਂ ਕਹਿਤਾ, ਕੱਲ ਨੂੰ ਵੀ ਕਿਹਾ ਹੋਇਆ ਹੋਊਗਾ, ਤੇ ਪਰਸੋਂ ਸ਼ਾਇਦ ਆ ਜਾਈਏ, ਪਰਸੋਂ ਅਸੀਂ ਵਾਪਸ ਸ਼ਾਇਦ ਆ ਜਾਈਏ, ਨਿਕਲਦੇ ਹਾਂ ਦੁਬਈ ਨੂੰ। ਤੇ ਵਲੌਗ ਸਟਾਰਟ ਕਰ ਚੁੱਕੇ ਹਾਂ, ਰਾਸਤੇ 'ਚ ਇੱਕ ਜਗ੍ਹਾ ਰੁਕ ਕੇ ਕੌਫੀ ਜ਼ਰੂਰ ਲੈਣੀ ਆ, ਉਹ ਥੋੜ੍ਹੀ ਸਵਾਦ ਵੀ ਲੱਗੂਗੀ ਸਾਨੂੰ। ਥੋੜ੍ਹਾ ਗੈਪ ਜਿਹਾ ਸੀਗਾ, ਵਲੌਗ ਨਹੀਂ ਬਣਾ ਸਕੇ ਲਾਸਟ ਵੀਕ, ਸਾਡਾ ਪਲਾਨ ਤਾਂ ਸੀ, ਲੇਕਿਨ ਥੋੜ੍ਹਾ ਜਿਹਾ ਬਿਜ਼ੀ ਸੀਗੇ ਅਸੀਂ, ਮੇਰੀਆਂ ਮਤਲਬ ਕੋਈ ਕੰਮ ਜਿਹਾ ਸੀ, ਕੰਮ ਹੁੰਦੇ ਆ ਮਤਲਬ, ਹੈ ਨਾ, ਹੁੰਦੇ ਆ ਉਹ, ਅਸੀਂ ਬਿਜ਼ੀ ਸੀ ਤਾਂ ਕਰਕੇ। ਊਂ ਵੀ ਏਡੇ ਕਿਹੜਾ ਆਪਣੇ ਤਕੜੇ ਸਬਸਕ੍ਰਾਈਬਰ ਮਤਲਬ ਫੈਨ ਬਹੁਤ ਜ਼ਿਆਦਾ ਨੇ, ਨਾਰਾਜ਼ ਹੋ ਜਾਣਗੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਘਰਦੇ 10 ਜਾਣੇ। ਲੰਬੀ ਮਤਲਬ ਇੱਕ ਐਪੀਸੋਡ ਦੀ ਤਰ੍ਹਾਂ ਜਾਂ ਸੀਰੀਜ਼ ਤਰ੍ਹਾਂ ਟਰਾਈ ਆ ਕਿ ਜਿਵੇਂ ਅੱਜ ਹੁਣ ਸਟਾਰਟ ਕਰਤਾ ਵਲੌਗ, ਹੈ ਨਾ, ਅਤੇ ਉਸ ਤੋਂ ਬਾਅਦ ਉਹਦਾ ਐਂਡ ਨਹੀਂ, ਟੂ ਬੀ ਕੰਟੀਨਿਊ ਕਰਕੇ ਫਿਰ ਨੈਕਸਟ ਡੇ ਨੈਟਫਲਿਕਸ ਤੇ ਭੇਜ ਦੀ ਸੀਰੀਜ਼ ਕਰ, ਸੀਰੀਜ਼ ਹੀ ਵਾਂਗੂ ਮਤਲਬ ਇੱਦਾਂ ਸਾਲਾ ਮਜ਼ਾਕ ਉਡਾਉਂਦਾ ਇਹ, ਅਤੇ ਨੈਟਫਲਿਕਸ 'ਤੇ ਵੀ ਆਇਆ ਕਰੂ ਵਲੌਗ ਕੋਈ ਨਹੀਂ। ਨੈਟਫਲਿਕਸ ਚੜੇ ਹੋਣ ਪੂਰੇ ਕਰਜ਼ਮੇ, ਅਤੇ ਗਰਮ ਗਰਮ ਕੌਫੀ ਫੜੀ ਹੋਵੇ ਤੁਹਾਡੇ ਹੱਥ ਦੇ ਵਿੱਚ, ਅਤੇ ਬਾਈ ਜੀ ਆਹ ਮਜ਼ਾ ਆ ਜਾਂਦਾ ਤੁਹਾਨੂੰ ਮੈਂ ਦੱਸਾਂ। ਬਹੁਤ ਸੋਹਣੀ ਕਟਿੰਗ ਕਰਾਈ ਆ ਬੰਦੇ ਨੇ, ਠੀਕ ਆ। ਤੁਹਾਨੂੰ ਇੱਕ ਥੋੜ੍ਹਾ ਵਿਊ ਜਿਹਾ ਦੇ ਦਾਂ ਮੈਂ, ਇਹ ਆਹ ਟੱਕ ਦੇ ਬਹੁਤ ਗਹਿਰੇ ਰਾਜ ਨੇ, ਦੱਸਾਂਗੇ ਬਾਅਦ 'ਚੋਂ। ਬਸ ਇੱਥੋਂ ਥੋੜ੍ਹਾ ਜਿਹਾ ਮਤਲਬ ਕਰਨਾ ਚਾਹੀਦਾ, ਉਹ ਤੱਕ ਸਿੱਧਾ ਅਲੈਨ ਤੋਂ ਪਹੁੰਚ ਗਏ ਅਸੀਂ ਆਪਣੇ ਅਲਫਾ ਜ਼ੋਨ ਸਲੂਨ, ਆਲਵੇਜ਼ ਹੀਅਰ ਕਟਿੰਗ, ਸਹੀ ਹੈ ਨਾ, ਸਾਡਾ ਫੇਵਰੇਟ ਸੈਲੂਨ ਆ ਇਹ, ਆਹ ਬੰਦਾ ਸਾਡਾ ਫੇਵਰੇਟ ਆ, ਹੈਪੀ ਹਰਪ੍ਰੀਤ। ਅਤੇ ਹੁਣ ਤੁਹਾਨੂੰ ਅਗਲਾ ਪ੍ਰੋਗਰਾਮ, ਬਾਈ ਨੂੰ ਬੁਲਾ ਲਿਆ, ਸ਼ੈਰੀ ਨੂੰ ਆਊਗਾ ਫਿਰ ਅਗਲਾ ਪ੍ਰੋਗਰਾਮ ਕੈਰੀ ਔਨ ਕਰਦੇ ਹਾਂ। ਇੱਕ ਉਹ ਬੈਠਾ, ਉਹ ਬੈਠਾ, ਇਹ ਉਹ ਬੈਠਾ, ਇਹਨੂੰ ਹੀ ਚੱਕਿਆ ਸੀ ਮੈਂ ਬਾਅਦ। ਇਹਨੂੰ ਚੱਕਿਆ ਸੀ ਮਾਂ ਦੇ ਵੀ, ਤੁਸੀਂ ਵੀਡੀਓ ਦੇਖੀ ਹੋਣੀ ਆ ਬਾਈ ਦੀ, ਹੈ ਨਾ, ਹੁਣ
ਦੁਬਈ ਆਉਣ ਤੋਂ ਬਾਅਦ ਅਸੀਂ ਆ ਗਏ ਆ ਸੈਲੂਨ ਤੋਂ ਕਟਿੰਗ ਸ਼ਟਿੰਗ ਕਰਵਾ ਕੇ, ਉਹ ਨਹੀਂ ਕਰਵਾਈ, ਮੈਂ ਕੁਛ ਨਹੀਂ ਕਰਵਾਇਆ। ਹੁਣ ਸਾਡਾ ਪਲਾਨ ਹੈਗਾ ਨੈਕਸਟ ਵੀ ਆਹ ਨਾਈਟ ਨੂੰ ਥੋੜ੍ਹਾ ਬਹੁਤ ਜੋ ਵੀ ਫਨ ਸ਼ਨ ਯਾਰਾਂ ਦੋਸਤਾਂ 'ਚ ਹੁੰਦਾ ਵਾ ਉਹ, ਠੀਕ ਹੈ, ਅਤੇ ਉਸ ਤੋਂ ਬਾਅਦ ਸਵੇਰੇ ਰੈਡੀ ਹੋ ਕੇ ਜਾਵਾਂਗੇ। ਨੀਅਰ ਅਬਾਊਟ 8:30 ਇੱਥੋਂ ਨਿਕਲਾਂਗੇ ਜਬਲ ਜੇਸ ਲਈ। ਤੁਹਾਨੂੰ ਕੱਲ੍ਹ ਫਿਰ ਜਬਲ ਜੇਸ ਵੀ ਦਿਖਾਉਂਦੇ ਹਾਂ। ਓਕੇ ਗਾਇਸ, ਮਿਲਦੇ ਹਾਂ ਟਮੋਰੋ ਮੋਰਨਿੰਗ। ਅਗਰ ਨਾਈਟ ਕੁਛ ਐਕਸਾਈਟਡ ਜਾਂ ਕੁਛ ਹੋਇਆ ਤਾਂ ਕੈਪਚਰ ਕਰਾਂਗਾ, ਅਦਰਵਾਈਜ਼ ਟਮੋਰੋ ਮੋਰਨਿੰਗ ਮਿਲਦੇ ਹਾਂ 8:30 ਦੇ ਕਰੀਬ ਮਾਰ ਕੇ, ਠੀਕ ਆ, ਬਬਾਸ। ਚੰਗੀ ਭਲੀ ਨੀਂਦ ਪੂਰੀ ਕਰਨੀ ਸੀਗੀ ਅਤੇ ਭਾਜਣਾ ਮੁੰਡੇ ਪਾ ਦਿੰਦੇ ਆ ਇੱਥੇ ਅਲੱਗ ਅਲੱਗ 12:30 ਦਾ ਟਾਈਮ ਆ ਅਤੇ ਐਮਰਜੈਂਸੀ ਕੋਈ ਕੰਮ ਨਿਕਲ, ਕੰਮ ਤਾਂ ਤੁਹਾਨੂੰ ਪਤਾ ਹੀ ਕਿਹੜੇ ਨਿਕਲਦੇ ਮੁੰਡੇ ਨੂੰ ਅੱਜ ਕੱਲ੍ਹ, ਹੈ ਕਿ ਨਹੀਂ, ਅਤੇ ਉਹਨੂੰ ਛੱਡ ਕੇ ਆਉਣਾ ਹੁਣ ਵਰਤੋਂ ਬਈ। ਗਾਇਸ ਤੁਹਾਨੂੰ ਦੱਸ ਹੀ ਦਿੱਤਾ ਨਾ, ਸਵੇਰੇ ਅਸੀਂ ਨਿਕਲ ਰਹੇ ਹਾਂ ਜਬਲ ਜੇਸ ਲਈ। ਪਹਿਲਾਂ ਜਬਲ ਜੇਸ ਜਾਵਾਂਗੇ, ਫਿਰ ਉਸ ਤੋਂ ਬਾਅਦ ਅਸੀਂ ਹੋਟਲ ਦੇ ਵਿੱਚ ਜਾਵਾਂਗੇ ਜੋ ਬੁਕਿੰਗ ਆਲਰੇਡੀ ਕੀਤੀ ਹੋਈ ਆ। ਓਕੇ, ਅਤੇ ਉਹਦੀ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣਗੀਆਂ ਟਾਈਮ ਟਾਈਮ। ਵਲੌਗ ਨੂੰ ਐਂਡ ਤੱਕ ਦੇਖ ਲਿਓ, ਠੀਕ ਹੈ, ਬਬਾਸ। ਸਬਸਕ੍ਰਾਈਬਰ ਹੋਣਾ ਚਾਹੀਦਾ ਇੱਕ, ਅੱਜ ਨਹੀਂ ਕਲਾਸ ਲੱਭ ਲੈਣਾ ਅਸੀਂ, ਅੱਜ ਫੇਰ ਲੰਘੀ ਕਰ ਇਹ ਵਲੌਗ 'ਚ ਵੀ ਆਉਣਾ, ਇਹ ਪੂਰਾ ਪ੍ਰੂਫ ਰਹਿਣਾ ਸਾਡੇ ਕੋਲ, ਠੀਕ ਹੈ ਨਾ। ਅਸੀਂ ਹਿੱਲਣਾ ਤਾਂ ਉੱਥੋਂ ਜਦੋਂ ਸਬਸਕ੍ਰਾਈਬਰ ਨਹੀਂ ਹੋਇਆ ਜਾਂਦਾ, ਅਸੀਂ ਹੈਗੇ ਸਾਊਘਰਾਂ ਦੇ ਬੱਚੇ, ਇਹ ਸਾਰੇ ਵਿਗੜੇ ਹੋਏ ਨੇ, ਠੀਕ ਹੈ, ਤਾਂ ਕਰਕੇ ਇਹਨੂੰ ਹੁਣ ਅਸੀਂ ਚੱਲਣ ਅਸੀਂ ਛੱਡਣ ਅਤੇ ਕਹਾਣੀ। ਵੈਸੇ ਮਜ਼ਾ ਆਉਂਦਾ ਨਾਈਟ ਦੇ ਗੱਲਾਂ ਬਾਤਾਂ ਯਾਰਾਂ ਦੋਸਤਾਂ ਨਾਲ, ਮਤਲਬ ਮਜ਼ਾ ਆਉਂਦਾ ਜ਼ਿੰਦਗੀ ਦੇ ਜਾਣ ਦਾ। ਇਹ ਦੇਖ ਲਓ ਸਾਊ ਦੇਖ ਲਓ, ਬੰਦੇ ਚੰਗੇ ਆ, ਆਪ ਹੀ ਸਾਰਾ ਕੁਝ ਦੱਸਿਆ ਵਾ ਕਿੱਦਾਂ ਕੀ ਹਿਸਾਬ ਕਿਤਾਬ ਆ, ਮੈਨੂੰ ਕਹਿੰਦੇ ਉਮਰਾਂ ਹੋ ਗਈਆਂ ਇੱਥੇ ਤੋਂ ਹੈ ਬਾਈ, ਇਹ ਤਾਂ ਇੰਡੀਆ ਪਾਕਿਸਤਾਨ ਦਾ ਪਿਆਰ ਵਧਾਉਂਦਾ ਵਾ, ਇਹ ਗੱਲਾਂ ਮੈਂ ਪਾਉਣੀਆਂ ਨਹੀਂ ਬਲੌਗ ਤੇ, ਉਹਲੀ ਤਾਂ ਮੰਮੀ ਘਰੇ ਆਈ ਹੋਈ ਆ ਸਾਡੀ, ਇੱਥੇ ਲੇੜੀ ਆ ਕੰਮ, ਉਹਨੇ ਉਡਾ ਦੇਣਾ ਸਾਨੂੰ। ਤੇ ਗੱਲ ਮੈਂ ਕਰ ਰਿਹਾ ਸੀਗਾ ਇਹ ਕਿ ਯਾਰ ਵੱਖਰਾ ਹੀ ਆ, ਕਦੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਆ ਕੇ ਤੁਹਾਨੂੰ ਟਾਈਮ ਸਪੈਂਡ ਕਰਨ ਨੂੰ ਮਿਲੇ ਯਾਰਾਂ ਮਿੱਤਰਾਂ ਨਾਲ, ਤਾਂ ਬਹੁਤ ਘੱਟ ਉਹ ਜਿਹਾ ਲੈ। ਆ ਕਿੱਧਰ ਆ ਰਿਹਾ ਪਾਓ ਤੇਰੇ ਅੱਡ ਕੋਲ ਦੀ ਇਹਦੇ ਸਾਲੇ ਆ ਗਿਆ, ਤੇ ਉਹ ਮਤਲਬ ਉਹ ਟਾਈਮ ਬਹੁਤ ਘੱਟ ਜਾਣਿਆਂ ਦੇ ਸਿਰ 'ਤੇ ਪੈਂਦਾ ਵਾ ਕਿ ਯਾਰ ਅਸੀਂ ਯਾਰਾਂ ਦੋਸਤਾਂ ਨਾਲ ਬੈਠੀਏ ਇੰਜੋਏ ਕਰੀਏ, ਜਿਹਨੂੰ ਵੀ ਇਹ ਟਾਈਮ ਮਿਲਦਾ ਨਾ ਤਾਂ ਪਲੀਜ਼ ਇੰਜੋਏ ਕਰ ਲਓ ਲਾਈਫ ਨੂੰ। ਕਦੇ ਵੀ ਇੱਕ ਜਾਂ ਦੋ ਪਲ ਮਿਲਦੇ ਨੇ, ਹੱਸ ਖੇਡ ਲਓ, ਇਸ ਤੋਂ ਵੱਧ ਕੇ ਕੁਛ ਨਹੀਂ ਆ, ਕਿਉਂਕਿ ਸਵੇਰ ਚੜ੍ਹਦੇ ਹੀ ਫਿਰ ਤੁਸੀਂ ਆਪਦੇ ਉਹੀ ਕੰਜਰਖਾਨੇ 'ਚ ਮਤਲਬ ਡਿਊਟੀਆਂ ਛੁੱਟੀਆਂ ਹੈ ਨਾ, ਘਰ ਦੇ ਕੰਮ ਕਾਜਾਂ ਦੇ ਵਿੱਚ ਕੱਢ ਦੇਣਾ ਹੁੰਦਾ, ਤਾਂ ਮੇਨ ਤਾਂ ਯਾਰ ਦੋਸਤੀ ਹੁੰਦੇ ਆ, ਬਣਾ ਕੇ ਰੱਖੋ ਯਾਰੀ ਦੋਸਤੀ, ਇੰਜੋਏ ਕਰਕੇ ਵਧੀਆ ਟੌਪ ਨਾਲ ਜਿਉਂ ਜ਼ਿੰਦਗੀ। ਬਬਾਸ ਸਿਟੀ ਫਰਾਂਸ ਕਲਸਟਰ ਦੇ ਵਿੱਚ ਐਂਟਰ ਹੋ ਗਏ। ਦੋਨੇ ਰਹਿ ਗਏ ਸੀ ਗੱਡੀ ਦੇ ਵਿੱਚ, ਬੰਦਾ ਤੁਹਾਨੂੰ ਘੱਟ ਲੱਗ ਰਿਹਾ ਹੋਣਾ ਨਾ, ਇੱਕ ਬੰਦਾ ਹੈ ਨੀ ਗਾ ਪਿੱਛੇ, ਜਿੱਥੇ ਉਹਨੂੰ ਡਰੋਪ ਕਰਨਾ ਸੀ ਸਹੀ ਲੋਕੇਸ਼ਨ 'ਤੇ ਲੱਭ ਕੇ ਹੋਟਲ ਦੇ ਵਿੱਚ ਉਹਨੂੰ ਡਰੋਪ ਕਰਤਾ, ਅਤੇ ਟਾਈਮ ਹੋ ਗਿਆ 1:12 ਰਾਤ ਦੇ, ਹਲੇ ਭੁੱਖ ਵੀ ਲੱਗੀ ਆ, ਰੋਟੀ ਪਾਣੀ ਵੀ ਡਿਨਰ ਵੀ ਕਰਨਾ ਵਾ, ਅਤੇ ਸਵੇਰੇ 8:30 ਵਜਦੇ ਨੂੰ ਤੁਰਨਾ ਵੀ ਆ, ਠੀਕ ਆ, ਬਿਜ਼ੀ ਆ ਥੋੜ੍ਹਾ ਜਿਹਾ ਦਿਨ, ਇਹੋ ਜਿਹੀ ਗੱਲ ਨਹੀਂ, ਮੈਂ ਆਪਾਂ ਬਿਜ਼ੀ ਰਹੀਦਾ, ਮਜ਼ੇ ਵਾਲਾ ਦਿਨ ਹੈ ਇਹ, ਪੂਰਾ ਦਿਨ ਬਿਜ਼ੀ, ਇਹ ਮਸਤੀਆਂ ਕਰਦੇ ਰਹਿਣਾ ਚਾਹੀਦਾ ਬੰਦੇ ਨੂੰ ਜਦੋਂ ਜਦੋਂ ਵੀ ਟਾਈਮ ਮਿਲੇ, ਜ਼ਰੂਰੀ ਨਹੀਂ ਵੀ ਜ਼ਬਰਦਸਤੀ ਟਾਈਮ ਕੱਢਣਾ, ਨਾ ਨਾ, ਮਤਲਬ ਜਦੋਂ ਮਿਲਦਾ ਟਾਈਮ ਇੰਜੋਏ ਕਰ ਲਓ।
ਬਾਈ ਦੀ ਇਮਾਰਤ ਹੈਂਡ ਓਵਰ ਤੇ ਬਸ ਕੋਈ ਲੜਾਈ ਨੀ ਹੋ ਰਹੀ ਆ, ਤੂੰ ਵੀ ਲਾਈ ਆਪ ਜਾਣੀਆਂ ਐਵੇਂ ਸਾਲਾ ਰੀਚ ਕਰਦਾ ਰਹਿੰਦਾ ਕੋਈ ਰੀਚ ਵਾਲੀ ਗੱਲ ਨੀ, ਬਾਈ ਨੇ ਹੱਥ ਕਰਾਈ ਬੁਦੇ ਹੱਥ ਲੇਕਿਨ ਬਾਈ ਦੀਆਂ ਐਨਕਾਂ ਫਰੈਸ਼ ਨਵੀਆਂ ਨੇ ਤੇ ਇਹਦੀਆਂ ਯੂਨੀਕਾਂ ਤਾਂ ਲਾਏ ਨੀ ਬਾਈ ਨੇ, ਪਹਿਲਾਂ ਵੀ ਨੀ ਲਾਈਆਂ। ਫਿਰ ਮੈਂ ਕਿਹਾ ਸੀਗਾ ਲੈ ਲਾ, ਇਹ ਕਹਿੰਦਾ ਨਹੀਂ ਬਾਈ ਨਵੀਆਂ ਲਾਉਣੀਆਂ ਜੇ ਲਾਉਣੀਆਂ।